ਪਿਆਰੇ ਸਾਥੀਓ ਅੱਜ ਅਸੀਂ ਪੰਜਾਬੀ ਦੀ ਇੱਕ ਕਵਿਤਾ ਪੜ੍ਹਨੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ 7ਵੀਂ ਕਲਾਸ ਦੀ ਕਿਤਾਬ ਦੇ ਵਿੱਚੋਂ ਕਵਿਤਾ ਸੌਣ ਪੜਾਂਗੇ ਤਾ ਸੌਣ ਦਾ ਮਹੀਨਾ ਵੀ ਚੱਲ ਰਿਹਾ ਹੈ ਤੇ ਸੌਣ ਕਵਿਤਾ ਅੱਜ ਅਸੀਂ ਪੜ੍ਹਨੀ ਹੈ। ਤਾਂ ਸੌਣ ਕਵਿਤਾ ਜਿਹੜੀ ਹੈ ਇਹ ਧਨੀ ਰਾਮ ਚਾਤਰੀਕ ਜੀ ਦੀ ਲਿਖੀ ਹੋਈ ਹੈ। ਈਟੀਟੀ ਸੈਕੰਡ ਪੇਪਰ ਐਸਐਸਟੀ ਸੋਰੀ ਪੰਜਾਬੀ ਮਾਸਟਰ ਕਾਡਰ ਦੋਨਾਂ ਨੂੰ ਹੀ ਧਨੀ ਰਾਮ ਚਾਤਰੀਕ ਜੀ ਦੀ ਕਵਿਤਾ ਪੁੱਛੀ ਜਾ ਸਕਦੀ ਹੈ। ਔਰ 17ਵੀਂ ਪੁੱਛੀਆਂ ਜਾ ਸਕਦੀਆਂ ਤਾਂ ਸਾਨੂੰ ਸਕੂਲੀ ਕਿਤਾਬਾਂ ਦੀਆਂ ਕਵਿਤਾਵਾਂ ਚੰਗੀ ਤਰ੍ਹਾਂ ਯਾਦ ਹੋਣੀਆਂ ਚਾਹੀਦੀਆਂ ਆ। ਪੜ੍ਹਦੇ ਆਂ ਬਈ। ਜਦੋਂ ਅਸੀਂ ਕਵਿਤਾ ਪੜ੍ਹ ਲੈਂਦੇ ਆਂ ਫਿਰ ਸਾਨੂੰ 17 ਦਾ ਕੋਈ ਪ੍ਰੋਬਲਮ ਨਹੀਂ ਰਹਿੰਦੀ ਹੈਗੀ ਠੀਕ ਹੈ ਫਿਰ ਕਵਿਤਾ ਦਾ ਨਾਮ ਤਾਂ ਆਪਣੇ ਆਪ ਹੀ ਯਾਦ ਹੋ ਜਾਂਦਾ ਫਿਰ ਤਾਂ ਨੀਰਾਮ ਚਾਤਰਕ ਬਾਰੇ ਵੀ ਜਿਹੜਾ ਉਹਨਾਂ ਦੀ ਜਾਣਕਾਰੀ ਹੈ ਉਹ ਵੀ ਯਾਦ ਕਰਨ ਚ ਸੌਖਾ ਮਹਿਸੂਸ ਹੁੰਦਾ ਹੈ ਬਸ ਉਹਨਾਂ ਦੀ ਕਿਸੇ ਵੀ ਲੇਖਕ ਨੂੰ ਯਾਦ ਕਰਨਾ ਪਹਿਲਾਂ ਉਹਨਾਂ ਦੀ ਕੋਈ ਰਚਨਾ ਪੜ ਲਓ ਠੀਕ ਹੈ ਸੌਣ ਮਾਂ ਝੜੀਆਂ ਗਰਮੀ ਝਾੜ ਸੁੱਟੀ ਧਰਤੀ ਪੁੰਗਰੀ ਟੈਕੀਆਂ ਡਾਲੀਆਂ ਨੇ ਰਾਹ ਰੋਕਲੇ ਛੱਪੜਾਂ ਟੋਬੀਆਂ ਨੇ ਨਦੀਆਂ ਨਾਲਿਆਂ ਜੂਹਾਂ ਹੰਗਾਲੀਆਂ ਨੇ ਤਾਈ ਉਸਰੇ ਨਿਸਰੀ ਚਰੀ ਮੱਕੀ ਤੇ ਕਪਾਹੀ ਨਾ ਜਾਣ ਸੰਭਾਲੀਆਂ ਨੇ ਜੁੰਮੂ ਰਸੇ ਅਨਾਰ ਵਿੱਚ ਆਈ ਸ਼ਿਰੀ ਚੜੀਆਂ ਸਬਜ਼ੀਆਂ ਨੂੰ ਗਿੱਠ-ਗਿੱਠ ਲਾਲੀਆਂ ਨੇ ਹੁਣ ਪੇਪਰ ਦੇ ਵਿੱਚ ਇਹ ਸਤਰਾ ਦੋ ਆ ਜਾਣ ਤਾਂ ਸਾਨੂੰ ਪਤਾ ਹੋਵੇਗਾ ਕਿ ਇਹ ਤਾਂ ਨੀਰਮ ਚਾਤਰਿਕ ਜੀ ਦੀਆਂ ਨੇ ਅੱਗੇ ਦੇਖੋ ਬਈ ਟਿੜਾਂ ਟਿੜਕੀਆਂ ਪੱਠਿਆਂ ਲਹਿਰ ਲਾਈ ਡੰਗ ਡੰਗਰ ਛੱਡ ਦਿੱਤੇ ਖੁੱਲੇ ਪਾਲੀਆਂ ਨੇ ਠੀਕ ਹੈ ਪਾਲੀ ਜਿਹੜੇ ਪਸ਼ੂ ਪਾਲਦੇ ਨੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨ ਵੱਟਾਂ ਬੱਦੀਆਂ ਜੋਤਰੇ ਖੋਲ ਦਿੱਤੇ ਸ਼ਾਵੇਂ ਮੰਝੀਆਂ ਡਾਈਆਂ ਹਾਲੀਆਂ ਨੇ ਹੱਲ ਵਾਉਣ ਵਾਲੇ ਇਹ ਮੈਂ ਕਿਉਂ ਦੱਸ ਰਹੀ ਆ ਈਟੀਟੀ ਸਾਇੰਸ ਵਾਲੇ ਸਟੂਡੈਂਟਸ ਜਿਹੜੇ ਨੇ ਠੀਕ ਹੈ ਨਾ ਉਹਨਾਂ ਨੂੰ ਨਹੀਂ ਪਤਾ ਇਹ ਸ਼ਬਦਾਂ ਦਾ ਬਾਕੀਆਂ ਨੂੰ ਸਾਰਿਆਂ ਨੂੰ ਪਤਾ ਹੀ ਆ ਆਰਟਸ ਵਾਲਿਆਂ ਨੂੰ ਅੱਗੇ ਵੀ ਦੇਖੋ ਪੇਕੀ ਬੈਠੀਆਂ ਤਾਂ ਹੀ ਦਿਹਾਰ ਆਏ ਠੀਕ ਹੈ ਤੇ ਸ਼ਿੰਗਾਰ ਲਾਏ ਸੋਹਰੀਆਂ ਆਈਆਂ ਨੇ ਦੇਖੋ ਦਿਹਾਰ ਹੁੰਦਾ ਆ ਕੋਈ ਜਿੱਦਾਂ ਵਿਆਹੀ ਕੁੜੀ ਆ ਨਾ ਤੇ ਉਹਦੇ ਪੇਕੇਆ ਵੱਲੋਂ ਦਿਨ ਤਿਹਾਰ ਤੇ ਲੋਹੜੀ ਦੀਵਾਲੀ ਤੇ ਸੌਣ ਦੇ ਮਹੀਨੇ ਕੋਈ ਦਾ ਗਿਫਟ ਭੇਜਿਆ ਜਾਂਦਾ ਕੋਈ ਸੂਟ ਸਵਾਉਣ ਲਈ ਭੇਜਿਆ ਜਾਂਦਾ ਕੋਈ ਹਾਰ ਸ਼ਿੰਗਾਰ ਕੋਈ ਚੂੜੀਆਂ ਜਿੱਦਾਂ ਸਾਵਣ ਦੇ ਮਹੀਨੇ ਚ ਚੂੜੀਆਂ ਭੇਜ ਦਿੰਦੇ ਆ ਇਦਾਂ ਉਹ ਫਿਰ ਉਹ ਤੀਆਂ ਤੇ ਆਉਂਦੀਆਂ ਨੇ ਹਨਾ ਤੇ ਉਹ ਫਿਰ ਸੂਟ ਸਵਾ ਕੇ ਆਉਂਦੀਆਂ ਨੇ ਇਹ ਠੀਕ ਹੈ ਤੇ ਉਹ ਦਿਹਾਰ ਉਹ ਚੀਜ਼ ਹੁੰਦੀਆਂ ਨੇ ਵਸਤਾਂ ਵੰਗਾ ਚੂੜੀਆਂ ਪੈਨੀਆਂ ਕੁਆਰੀਆਂ ਨੇ ਰੰਗ ਚੁੰਨੀਆਂ ਮਹਿੰਦੀਆਂ ਲਾਈਆਂ ਨੇ ਠੀਕ ਹੈ ਇਹ ਤੇ ਅੱਗੇ ਦੇਖੋ ਖੀਰਾ ਰਿੱਜੀਆਂ ਪੂੜੀਆਂ ਡੰਝ ਲਾਈ ਲਾਹੀ ਕੁੜੀਆਂ ਵੋਟੀਆਂ ਨੇ ਪਿੰਗਾ ਪਾਈਆਂ ਨੇ ਗਿੱਧੇ ਵੱਜਦੇ ਕਿਲਕਲੀ ਮੱਚਦੀ ਐ ਘਟਾਂ ਕਾਲੀਆਂ ਵੇਖ ਕੇ ਸ਼ਾਈਆਂ ਨੇ ਸੌਂਚੀ ਖੇੜ ਦੇ ਗੱਬਰੂ ਪੇੜਾਂ ਅੰਦਰ ਸੌਂਚੀ ਆਪਾਂ ਕੀਤਾ ਸੀ ਨਾ ਪੰਜਾਬੀ ਸੱਭਿਆਚਾਰ ਦੇ ਵਿੱਚ ਕਬੱਡੀ ਵਾਂਗੂ ਜਿਹੜੀ ਖੇਡ ਖੇਡੀ ਜਾਂਦੀ ਲੋਕ ਖੇਡ ਚਿੰਜਾ ਪਾਉਂਦੇ ਨੇ ਛਾਲਾ ਲਾਉਂਦੇ ਨੇ ਲੋਕੀ ਖੁਸ਼ ਅੰਦਰ ਥੀਵੇਂ ਹੋਏ ਚਾਤਰਕ ਸੌਣ ਮਾਂ ਦੇ ਸੋਹਲੇ ਗਾਉਂਦੇ ਨੇ ਇਹਨਾਂ ਵਿੱਚੋਂ ਇੰਪੋਰਟੈਂਟ ਇੰਪੋਰਟੈਂਟ ਸਤਰਾ ਮੈਨੂੰ ਨਹੀਂ ਲੱਗਦਾ ਹੁਣ ਕੋਈ ਭੁੱਲੇਗੀ ਇੱਕ ਦੋ ਵਾਰ ਹੋਰ ਸੁਣ ਲੈਣਾ ਠੀਕ ਹੈ ਜੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ